ਜਿਹੜਾ ਤਿੰਨ ਖੇਤੀ ਕਾਨੂੰਨ ਸੀਗੇ ਜਿਹੜੇ ਸਾਡੇ ਵਿਰੋਧ ਕੇਂਦਰ ਨੇ ਲੈ ਕੇ ਆਂਦੇ ਸੀਗੇ ਰਾਜ ਸਭਾ ਤੇ ਲੋਕ ਸਭਾ ਵਿੱਚ ਵਾਪਸ ਲੈ ਲਏ ਗਏ ਆ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਚੀਜ਼ਾਂ ਸਿਰੇ ਲੱਗ ਜਾਣਗੀਆਂ ਮੀਡੀਆ ਵਿੱਚ ਫੁਵਾਹਾਂ ਵੀ ਫੁਲਾਈਆਂ ਜਾਂਦੀਆਂ ਵਾਂ ਵੀ ਜਿਹੜੇ ਇਤੋਂ ਮੋਰਚੇ ਉੱਪਟੇ ਜਾ ਰਹੇ ਆ ਕਿਸਾਨ ਵਾਪਸ ਆ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਮੋਰਚੇ ਪੱਟੇ ਜਾ ਰਹੇ ਆ ਨਾ ਕਿਸਾਨ ਹਾਲੇ ਵਾਪਸ ਆ ਰਹੇ ਆ ਪੀਐਮ ਮੋਦੀ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਖੇਤੀ ਕਾਨੂੰਨ ਬਿੱਲ ਵਾਪਸੀ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕਿਆ ਅਤੇ ਹੁਣ ਸਿਰਫ ਰਾਸ਼ਟਰਪਤੀ ਵੱਲੋਂ ਮੋਹਰ ਲਗਣੀ ਬਾਕੀ ਹੈ ਪਰ ਇਸ ਦੌਰਾਨ ਕੁਝ ਗੱਲਾਂ ਫੈਲ ਰਹੀਆਂ ਨੇ ਕਿ ਹੁਣ ਕਿਸਾਨ ਦਿੱਲੀ ਬਾਰਡਰਾਂ ਤੋਂ ਉੱਠਨੇ ਸ਼ੁਰੂ ਹੋ ਗਏ ਅਤੇ ਆਪਣੇ ਘਰਾਂ ਨੂੰ ਵਾਪਸ ਜਾਣੇ ਵੀ ਸ਼ੁਰੂ ਹੋ ਗਏ ਇਸ ਮਾਮਲੇ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਦੇ ਨੇ ਇਹ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਐਮਐਸਪੀ ਗਰੰਟੀ ਤੱਕ ਕਾਹਲੀ ਨਹੀਂ ਕਰਨੀ ਚਾਹੀਦੀ ਇਹਨੇ ਵੱਡੇ ਅੰਦੋਲਨ ਨੂੰ ਚੰਦ ਮਿੰਟਾਂ ਦੇ ਵਿੱਚ ਖਤਮ ਨਹੀਂ ਕਰਨਾ ਚਾਹੀਦਾ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਹੀ ਅਸੀਂ ਘਰੇ ਵਾਪਸ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਨ ਸਕੱਤਰ ਬੋਲਦਾ ਜੀ ਅਸੀਂ ਅੱਜ ਦਿੱਲੀ ਸਿੰਘੂ ਬਾਰਡਰ ਤੋਂ ਲਾਈਵ ਹੋ ਰਹੇ ਹਾਂ ਸੋ ਜਿਵੇਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਪਤਾ ਹੀ ਆ ਕਿ ਜਿਹੜਾ ਤਿੰਨ ਖੇਤੀ ਕਾਨੂੰਨ ਸੀਗੇ ਜਿਹੜੇ ਸਾਡੇ ਵਿਰੋਧ ਕੇਂਦਰ ਨੇ ਲੈ ਕੇ ਆਂਦੇ ਸੀਗੇ ਉਹ ਰਾਜ ਸਭਾ ਤੇ ਲੋਕ ਸਭਾ ਵਿੱਚ ਵਾਪਸ ਲੈ ਲਏ ਗਏ ਆ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਚੀਜ਼ਾਂ ਸਿਰੇ ਲੱਗ ਜਾਣਗੀਆਂ ਤਾਂ ਇਸ ਕਰਕੇ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਜਿਹੜੀਆਂ ਮੀਡੀਆ ਵਿੱਚ ਅਫਵਾਹਾਂ ਵੀ ਫਲਾਈਆਂ ਜਾਂਦੀਆਂ ਵਾਂ ਪੀ ਜਿਹੜੇ ਇਤੋਂ ਮੋਰਚੇ ਪੱਟੇ ਜਾ ਰਹੇ ਆ ਕਿਸਾਨ ਵਾਪਸ ਆ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਮੋਰਚੇ ਪੱਟੇ ਜਾ ਰਹੇ ਆ ਨਾ ਕਿਸਾਨ ਹਾਲੇ ਵਾਪਸ ਆ ਰਹੇ ਆ ਹਾਇਦਾ ਇਹ ਮਤਲਬ ਇਹ ਨਹੀਂ ਹੈਗਾ ਵੀ ਸਾਨੂੰ ਘਰ ਜਾਣ ਦਾ ਕਿਤੇ ਚਾਰ ਨਹੀਂ ਹੈਗਾ ਪਰ ਭਰਾਓ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਤੁਸੀਂ ਮੋਰਚੇ ਵਿੱਚ ਜੜੀਆਂ ਮੰਗਾਵਾ ਉਹਨੂੰ ਅਮਲੀ ਪੈਰਾਂ ਵਿੱਚ ਕਰ ਲਿਆ ਜਾਂ ਖੁਸ਼ੀ ਦੇ ਵਿੱਚ ਆਪਦੀ ਹੋਸ਼ ਗਵਾ ਕੇ ਜਿਹੜਾ ਵਾ ਐਡਾ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਮੋਰਚਾ ਵਾ ਜਿਹੜਾ ਬਾਰ ਬਾਰ ਨਹੀਂ ਲੱਗਣਾ ਹੈਗਾ ਤਾਂ ਤੁਸੀਂ ਉਹਦੇ ਵਿੱਚ ਨੁਕਸਾਨ ਕਰਾ ਜੋ ਮੋਰਚੇ ਵਿੱਚ ਜਦੋਂ ਅੰਤਮ ਸ਼ੋਆ ਹੁੰਦੀਆਂ ਸਭ ਤੋਂ ਵੱਧ ਜ਼ਰੂਰੀ ਹੁੰਦਾ ਵੀ ਤੁਸੀਂ ਧਿਆਨ ਨਾ ਰਹੋ ਤਾਂ ਇਸ ਕਰਕੇ ਮੋਰਚੇ ਵਿੱਚ ਧਿਆਨ ਨਾ ਰਹਿਣ ਦੀ ਗੱਲ ਆ ਹਾਲੇ ਕੱਲੀ ਇੱਕ ਗੱਲ ਤੁਹਾਡੇ ਸਾਹਮਣੇ ਆਈ ਹੈ ਬਹੁਤ ਵੱਡੀ ਜਿੱਤ ਆ ਐ ਨਹੀਂ ਕਹਿ ਸਕਦੇ ਵੀ ਇਹ ਗੱਲ ਨਾਲ ਸਹਿਮਤ ਨਹੀਂ ਹੈਗੇ ਬਹੁਤ ਵੱਡੀ ਜਿੱਤ ਆ ਬਹੁਤ ਮਿਹਨਤ ਵਾਲੀ ਗੱਲ ਆ ਪਰ ਸਵਾਲ ਤਾਂ ਇਹ ਹੈਗਾ ਵੀ ਮੰਨ ਲਓ ਦੂਜਾ ਪੱਖ ਇਹਦਾ ਦੇਖੋ ਐਮਐਸਪੀ ਗਰੰਟੀ ਕਾਨੂੰਨ ਰਹਿ ਰਿਹਾ ਅਸੀਂ ਇੱਥੇ ਤੁਹਾਡੇ ਨਾਲ ਬਾਅਦ ਚ ਕਰਦਾ ਤੁਸੀਂ ਛੋਟੀਆਂ ਮੰਗਾ ਵਾਲੇ ਪਾਸੇ ਆਓ ਪ੍ਰਦੂਸ਼ਣ ਐਕਟ ਤਾਂ ਕਹਿਗੇ ਨਾ ਵੀ ਕਿਸਾਨ ਨੂੰ ਪਰਾਲੀ ਸਾੜਨ ਵਾਲੀ ਗੱਲ ਹਜੇ ਆਈ ਆ ਵੀ ਅਸੀਂ ਇਹ ਕੋਈ ਜੁਰਮ ਨਹੀਂ ਸਮਝਦੇ ਹੈਗੇ ਐ ਬਿਆਨ ਤੇ ਆ ਜੀ ਉੱਠ ਕੇ ਵੀ ਬਿਆਨ ਦੇਤਾ ਚਲੋ ਗੱਲ ਮੁੱਕੀ ਕਿ ਜਾਂ ਸਾਡੇ ਹੱਥ ਚ ਵੀ ਫੜਾਉਣ ਵੀ ਵਾਕਿਆ ਜੁਰਮ ਨਹੀਂ ਮੰਨਦੇ ਹੈਗੇ ਇਹ ਤਾਂ ਗਾਹਾਂ ਬਿਜਲੀ ਸੰਸ਼ੋਧਨ ਬਿੱਲ ਤਾਂ ਆਇਆ ਹੀ ਨਹੀਂ ਪਰ ਉਹ ਤੇ ਕੁਝ ਕਵੇ ਨਾ ਸਰਕਾਰ ਵੀ ਦੋਰੇ ਨਹੀਂ ਲੈ ਕੇ ਹੁੰਦੇ ਕੱਲ ਨੂੰ ਫੇਰ ਆਈ ਕੁਝ ਕਰਨਾ ਪਊਗਾ ਪੰਜਾਬ ਜਾ ਕੇ ਤਾਂ ਗੱਲ ਕਲੀਅਰ ਤਾਂ ਹੋਣੀ ਚਾਹੀਦੀ ਆ ਹਾਂ ਕੇਸਾਂ ਵਾਲੀ ਗੱਲ ਭਾਵੇਂ ਛੋਟੀ ਗੱਲ ਆ ਪਰ ਇਹ ਭਰਾਓ ਨਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਲਈ ਵੱਡੀ ਹੋ ਜਾਣੀ ਆ ਕਿਸਾਨਾਂ ਲਈ ਜਦੋਂ ਦਿੱਲੀ ਦੀਆਂ ਕਚੈਰੀਆਂ ਵਿੱਚ ਅਗਲਿਆਂ ਨੇ ਤਰੀਕਾ ਪਵਾਇਆ ਤੁਹਾਨੂੰ ਕਿ ਛੱਡ ਜੀ ਇਹ ਛੱਡ ਗਿਆ ਦਿੱਲੀ ਦੇਆਂ ਤਰੀਕਾ ਜਿੱਡੀਆਂ ਜਿਵੇਂ ਪੰਜਾਬ ਵਿੱਚ ਇਹ ਚੀਜ਼ਾਂ ਆ ਰਹੀਆਂ ਨੇ ਤਾਂ ਕੱਲ ਨੂੰ ਫੇਰ ਇਸ ਗੱਲ ਦੀ ਅਲੋਚਨਾ ਹੋਣੀ ਆ ਵੀ ਇਹਨਾਂ ਨੇ ਜੀ ਕੇਸ ਰਹਿਣ ਤੇ ਤਾਂ ਨੌਜਵਾਨ ਜਾਂ ਕਿਸਾਨ ਜਿਹੜੇ ਜੀ ਉਹ ਕਚਹਿਰੀਆਂ ਵਿੱਚ ਰੋਲ ਰਹੇ ਆ ਸਰਕਾਰ ਲਈ ਕਿੱਡਾ ਕੁ ਮਸਲਾ ਮਸਲਾ ਬਾਅਦ ਚ ਗ੍ਰਹਿ ਮੰਤਰੀ ਬਿਆਨ ਦੇਵੇ ਦਿੱਲੀ ਦੇ ਦਿੱਲੀ 'ਚ ਬਹੁਤ ਵੱਡੇ ਕੇਸ ਨੇ ਦੋਆ ਮਿੰਟਾਂ 'ਚ ਰੱਦ ਹੋ ਜਾਂਦੇ ਨੇ ਹਰਿਆਣੇ 'ਚ ਉਹਨਾਂ ਦੀ ਸਰਕਾਰ ਆਰਡਰ ਦੇਣ ਦੋਆ ਤਿੰਨ ਘੰਟਿਆਂ 'ਚ ਨਿਬੜ ਜਾਂਦੇ ਆ ਯੂਪੀ ਚ ਉਹਨਾਂ ਦੀ ਸਰਕਾਰ ਆ ਇਸ ਕਰਕੇ ਸਾਡਾ ਆਪਣਾ ਵਿਚਾਰ ਆ ਸਾਡਾ ਮਤ ਆ ਤੇ ਸਾਰਿਆਂ ਦਾ ਮਤ ਵੀ ਇਹ ਹੋਊਗਾ ਕਿ ਅਸੀਂ ਕਿਸਾਨਾਂ ਨੂੰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੀਆਂ ਕਚੈਰੀਆਂ ਵਿੱਚ ਰੋਲ ਨਹੀਂ ਦੇਵਾਂਗੇ ਕਿਸਾਨਾਂ ਆਗੂਆਂ ਵਾਸਤੇ ਕੇਸ ਵੱਡੀ ਗੱਲ ਨਹੀਂ ਹੁੰਦੇ ਹੁੰਦੇ ਅਸੀਂ ਜੇਲ੍ਹਾਂ ਵੀ ਵੇਖ ਲਾਂਗੇ ਤੇ ਸਾਨੂੰ ਲੱਗਦਾ ਇਹ ਫਕਰ ਵਾਲੀ ਗੱਲ ਆ ਲੋਕਾਂ ਲਈ ਖਟਰੀਣਾ ਪਰ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਆਮ ਬੰਦਾ ਕੱਲ ਨੂੰ ਕਚਾਰੀਆਂ ਵਿੱਚ ਰੁਲੇ ਇਹ ਗੱਲ ਨਹੀਂ ਹੋਣੀ ਚਾਹੀਦੀ ਤਾਂ ਫਿਰ ਭਾਈ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਮੋਰਚੇ ਵਿੱਚ ਤਹਮਮਲ ਨਾ ਬਈਏ ਇਹ ਜਿੱਤ ਹੋ ਗਈ ਮੀਡੀਆ 'ਚ ਫਵਾਵਾ ਜਿਵੇਂ ਸੋਸ਼ਲ ਮੀਡੀਆ 'ਚ ਫਵਾਵਾ ਫਲਾਈਆਂ ਜਾ ਰਹੀਆਂ ਵੀ ਕਿਸਾਨ ਮੋਰਚੇ 'ਤੇ ਪੁੱਟ ਰਹਿ ਜਾਂ ਕਿਸਾਨ ਘਰਾਂ ਨੂੰ ਆਉਣ ਡੈ ਪਿਆ ਹੁਣ ਇਹਦੇ ਵਿੱਚ ਅਸੀਂ ਵੀ ਸ਼ਾਮਲ ਹੋ ਜਾਈਏ ਕਿ ਜੈਨੂੰ ਰੋਕੀਏ ਇਹ ਗੱਲਾਂ ਪੋਸਟਾਂ ਵਿੱਚ ਪਾਓ ਨੌਜਵਾਨੋ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਭੁਗਤਣ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਕਿਸਾਨ ਡਟੇ ਹੋਏ ਆ ਠੀਕ ਆ ਖੇਤੀ ਕਾਨੂੰਨਾਂ ਵਾਲਾ ਮਸਲਾ ਵੱਡੀ ਗੱਲ ਸੀਗੀ ਉਹਦੇ ਤੇ ਜਿੱਤ ਪ੍ਰਾਪਤ ਹੋਈ ਯਾ ਰਾਸ਼ਟਰਪਤੀ ਦੇ ਸਹਿਤ ਤੇ ਨੋਟੀਫਿਕੇਸ਼ਨ ਰਹਿ ਗਿਆ ਉਹ ਵੀ ਹੋ ਜਾਣਾ ਵਾ ਪਰ ਹਜੇ ਡੇਡੀਆਂ ਰਹਿੰਦੀਆਂ ਮੰਗਾ ਵਾ ਉਹਦੇ ਤੇ ਮੋਰਚਾ ਜਾਰੀ ਆ ਉੱਤੇ ਮੋਰਚਾ ਲਾਇਆ ਹੋਇਆ ਕੱਲ ਲੈ ਕੇ ਆਵੇ ਸਾਰੇ ਕੱਲ ਨੂੰ ਇੱਥੋਂ ਮਿਲ ਬਿਆ ਦਿੱਲੀ ਦੇ ਪੁਲ ਸਾਰੇ ਕੇਸ ਰੱਦ ਕਰਤੇ ਆ ਪੋਲੂਸ਼ਨ ਐਕਟ ਤੇ ਆ ਤਾ ਉਹਨੂੰ ਲਿਖਤੀ ਦੇ ਦਿੱਤਾ ਆ ਹੈਗਾ ਰਹਿ ਗਿਆ ਐਮਐਸਪੀ ਵਾਲੀ ਗੱਲ ਇਹ ਵੀ ਸਾਡੇ ਸਾਹਮਣੇ ਆ ਹੁਣ ਬੰਦਦਾ ਵੀ ਪੰਜਾਬ ਹਰਿਆਣਾ ਤਾਂ ਐਮਐਸਪੀ ਹੈਗੀ ਆ ਯੂਪੀ ਵਾਲੇ ਕਿਸਾਨ ਇੱਤੇ ਕੀ ਕਰਦੇ ਆ ਐਮਪੀ ਵਾਲੇ ਕਿਸਾਨਾਂ ਜਥੇਬੰਦੀਆਂ ਦਾ ਇੱਤੇ ਕੀ ਵੇਰਵਾ ਵਾ ਰਾਜਸਥਾਨ ਵਾਲੀਆਂ ਜਥੇਬੰਦੀਆਂ ਦਾ ਇੱਤੇ ਕੀ ਸਟੈਂਡ ਹੈਗਾ ਸੋ ਇਸ ਕਰਕੇ ਇਹ ਚੀਜ਼ਾਂ ਵੇਖਣੀਆਂ ਜੇ ਅਸੀਂ ਇੱਥੇ 12 ਮਹੀਨੇ ਕੱਢ ਗਏ ਨੇ 13 ਮਹੀਨੇ ਕੱਢ ਲਾਂਗੇ ਕਿਹੜੀ ਵੱਡੀ ਗੱਲ ਹੈਗੀ ਵੀ 13ਵਾਂ ਕੱਢਣ ਲੱਗਿਆਂ ਸਾਨੂੰ ਸਮੱਸਿਆ ਆਊਗੀ ਗੱਲਾਂ ਤਾਂ ਸਾਫ਼ ਹੋਣੀਆਂ ਚਾਹੀਦੀਆਂ ਮੈਂ ਕੱਲ ਵੀ ਆਪਣੀ ਗੱਲ ਸਪਸ਼ਟ ਰੱਖੀ ਸੀ ਵੀ ਅਸੀਂ ਐਮਐਸਪੀ ਗਰੰਟੀ ਕਾਨੂੰਨ ਤੇ ਲੜਨਾ ਚਾਹੁੰਦੇ ਆ ਤਾਂ ਇਸ ਕਰਕੇ ਆਪਣਾ ਇਹ ਪੱਕਾ ਵਾਅਦਾ ਵੀ ਹੁਣ ਪਹਿਲੋ ਅਸੀਂ ਕਹਿੰਦੇ ਸੀ ਕਿਸਾਨ ਨੇ ਸੁਹਾਗਾ ਚੱਕ ਲਿਆ ਕਿ ਸੁਹਾਗਾ ਲੈਣ ਗਿਆ ਉੱਤੇ ਤਾਂ ਸਿਰ ਤੇ ਰੱਖਿਆ ਕਹਿੰਦਾ ਸੋਨਾ ਹੋ ਜਾ ਸੋਨਾ ਹੋ ਜਾ ਲਈ ਆਇਆ ਇੱਕ ਕਹਾਵਤ ਆ ਸੋਨਾ ਲੋਹਾ ਕੀ ਹੋਣਾ ਸੀ ਉਹ ਕਹਿੰਦੇ ਅੱਖ ਕੇ ਮੁੜ ਕੇ ਆਂਦਾ ਚਲੇ ਨੇ ਸੋਨਾ ਸਾਣਾ ਕੀ ਹੋਣਾ ਲੋਹਾ ਹੀ ਹੋ ਜਾ ਉਹ ਕਹਿੰਦੇ ਲੋਹਾ ਹੋ ਗਿਆ ਇੱਕ ਕਹਾਵਤ ਤੋਂ ਪਾਅ ਵਰਸ ਕੱਢਣੇ ਹੁੰਦੇ ਆ ਉਹ ਭਾਈ ਜੇ ਸੋਨਾ ਕਹੇ ਤੇ ਸੋਨਾ ਹੀ ਲੈਣਾ ਵਾ ਹੁਣ ਦਿੱਲੀ ਤੋਂ ਸੁਹਾਗਾ ਥੱਲੇ ਸੁੱਟਣ ਲੱਗਿਆ ਲੋਹਾ ਕੋ ਮੰਗ ਲਈਏ ਕਾਲ ਥੋੜੀ ਆ ਕੋਈ ਜਾਂ ਭਾਈ ਇੰਨਾ ਏਡੀ ਛੇਤੀ ਆ ਵੀ ਜਾ ਕੇ ਪੰਜਾਬ ਚ ਇਲੈਕਸ਼ਨਾਂ ਲੜਨੀਆਂ ਸੀ ਤੋ ਇਸ ਕਰਕੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਇਓ ਲੋਕਾਂ ਤੱਕ ਇਹ ਗੱਲ ਸਾਡੀ ਚਲੀ ਜਾਵੇ ਸ਼ੇਅਰ ਕਰਨਾ ਵੀ ਜਥੇਬੰਦੀ ਜਾਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਾਲੀ ਗੱਲ ਆ ਵੀ ਭਲਿਓ ਹਜੇ ਮੋਰਚਾ ਜਾਰੀ ਆ ਜਿੰਨੀ ਦੇਰ ਤੱਕ ਰਹਿੰਦੀਆਂ ਮੰਗਾਂ ਇਹ ਸਰਕਾਰ ਪੂਰਾ ਕੰਮ ਕਲੀਅਰ ਨਹੀਂ ਕਰਦੀ ਹੋਗੀ ਅਸੀਂ ਫੇਰ ਵੀ ਕੱਲ ਵੀ ਕਿਹਾ ਸੀ ਵੀ ਨਾ ਮੀਟਿੰਗ ਸੱਦੋ ਤੁਸੀਂ ਸਾਨੂੰ ਲਿਖਤੀ ਲਿਆ ਕੇ ਦੇ ਦਿਓ ਤੁਹਾਡੇ ਅਫਸਰ ਬੈਠੇ ਆ ਵੀ ਆ ਕੰਮ ਹੋ ਗਿਆ ਕੇਸ ਰੱਦ ਕੀਤੇ ਅਸੀਂ ਇੱਥੇ ਸਾਡੇ ਲਾਗੇ ਜਿੱਧਰ ਸੱਜੇ ਆ ਤਾਲੀਪੁਰ ਥਾਣਾ ਬਾ ਇਧਰ ਨਰੇਲਾ ਵਾ ਅਸੀਂ ਝਟ ਬੰਦੇ ਕੱਲ ਕੇ ਜਿਹੜਾ ਉੱਥੋਂ ਐਫ ਆਈ ਆਰ ਦੀਆਂ ਕਾਪੀਆਂ ਕਢਾ ਲ ਲਈਆਂ ਵੀ ਕੇਸ ਰੱਦ ਹੋ ਗਏ ਸਰਕਾਰ ਜੇ ਫੈਸਲਾ ਕਰ ਲਏ ਤੇ 10 ਮਿੰਟਾਂ ਦਾ ਕੰਮ ਆ 10 ਮਿੰਟਾਂ ਦਾ ਕੰਮ ਹੈਗਾ ਤੋ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਅਕਲਾਂ ਵਾਲਿਆਂ ਪੰਜਾਬੀਆਂ ਹਰਿਆਣੇ ਵਾਲੇ ਦੇਸ਼ਵਾਸੀਆਂ ਨੂੰ ਬੇਨਤੀ ਆਸੀ ਨਹੀਂ ਚਾਉਂਦੇ ਹੈਗੇ ਕਿਸਾਨਾਂ ਮਜ਼ਦੂਰਾਂ ਨੂੰ ਕਚੈਰੀਆਂ 'ਚ ਰੋਲਿਆ ਜਾਵੇ ਸਰਕਾਰ ਦੀ ਸਾਜਸ਼ਿਆ ਵੀ ਮੋਰਚਾ ਇੱਕ ਦਿਨ 'ਚ ਘਰ ਚਲਿਆ ਜਾਵੇ ਤੇ ਮੁੜ ਕੇ ਕਚੈਰੀਆਂ 'ਚ ਰੋਲ ਗਏ ਜੇ ਲੋਕ ਕਚੈਰੀਆਂ 'ਚ ਰੋਲੇ ਆਗੂਆਂ ਨੂੰ ਕੋਈ ਫਿਕਰ ਨਹੀਂ ਹੈਗਾ ਉਹ ਗਾਹਾਂ ਕਹਿਣਗੇ ਵੀ ਇਹ ਕਿਸਾਨ ਆਗੂ ਛੱਡ ਕੇ ਭੱਜੇ ਆ ਇਹ ਵਿੱਚ ਮੋਰਚੇ ਦੇ ਵਿੱਚ ਸਾਡੀ ਗੱਲ ਸੁਣਵਾਈ ਨਹੀਂ ਕੀਤੀ ਹੈਗੀ ਸੋ ਇਹ ਨਹੀਂ ਸੁਣਨਾ ਚਾਹਾਂਗੇ ਇਸ ਕਰਕੇ ਮੈਂ ਕੱਲ ਵੀ ਕਿਹਾ ਸੀਗਾ ਜਿਹੜੇ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋ ਸਕੇ ਜਾਂ ਜਿਹੜੇ ਇਸ ਮੋਰਚੇ ਵਿੱਚ ਆਉਣਾ ਚਾਹੁੰਦੇ ਆ ਇਹ ਇਤਿਹਾਸਕ ਮੋਰਚਾ ਵਾ ਇਹੋ ਜਿਹੇ ਮੋਰਚੇ ਤੁਹਾਨੂੰ ਬਾਰ ਬਾਰ ਨਹੀਂ ਮਿਲਣੇ ਹੈਗੇ ਤਾਂ ਤੁਸੀਂ ਸਮਾਂ ਕੱਢ ਕੇ ਆ ਜਾਓ ਇਹ ਮੋਰਚਾ ਹੁਣ ਅੰਤਮ ਪੜਾਅ ਵੱਧ ਰਿਹਾ ਵਾ ਤੇ ਤੁਹਾਡੇ ਕੋਲ ਇਸ ਮੋਰਚੇ ਦੀਆਂ ਯਾਦਾਂ ਰਹਿ ਜਣੀਆਂ ਤੁਹਾਡੀ ਜ਼ਿੰਦਗੀਆਂ ਵਿੱਚ ਐਡੇ ਮੋਰਚੇ ਨਹੀਂ ਬਣਨੇ ਹੈਗੇ ਹਾਂ ਕੱਲ ਵੀ ਅਸੀਂ ਸੰਘਰਸ਼ ਕਰ ਸਕਦੇ ਆ ਸੰਘਰਸ਼ ਕੱਲ ਵੀ ਕੀਤਾ ਜਾ ਸਕਦਾ ਇਹੋ ਜਿਹਾ ਸੰਘਰਸ਼ ਨਹੀਂ ਹੋਊਗਾ ਇਸ ਗੱਲ ਤੇ ਹੀ ਕਰ ਲਈਏ ਵੀ ਕੱਲ ਨੂੰ ਆ ਕੇ ਆਹ ਮਸਲੇ ਹੱਲ ਕਰਾਵਾਂਗੇ ਨਹੀਂ ਐਡਾ ਵੱਡਾ ਸੰਘਰਸ਼ ਨਹੀਂ ਬਣਨਾ ਹੈਗਾ ਇਹ ਸਦੀਆਂ ਬਾਅਦ ਸਰਕਾਰਾਂ ਦੀਆਂ સામਰਾਜ ਦੀ ਗਲਤੀ ਆ ਮੋਦੀ ਸਰਕਾਰ ਦੀ ਗਲਤੀ ਆ ਉਹਨੇ ਐਡੇ ਵੱਡੇ ਤਬਕੇ ਨਾਲ ਪੰਗਾ ਲੈ ਲਿਆ ਤੇ ਉਹਨੂੰ ਆਹ ਸਜ਼ਾ ਮਿਲ ਗਈ ਆ ਤੇ ਉਹ ਸਜ਼ਾ ਭੁਗਤ ਰਹੇ ਨੇ ਇਸ ਕਰਕੇ ਭਰਾਓ ਇਹ ਮੋਰਚੇ ਰੋਜ਼ ਰੋਜ਼ ਨਹੀਂ ਬਣਦੇ ਹੈਗੇ ਇਸ ਕਰਕੇ ਆਪਣੀਆਂ ਜਿਹੜੇ ਵੀ ਕਲਾਂ ਦੇ ਤੁਸੀਂ ਦਿੱਲੀ ਮੋਰਚੇ ਵਿੱਚ ਆਉਣਾ ਚਾਹੋ ਮੋਰਚੇ ਡਟੇ ਹੋਏ ਆ ਸਾਰੇ ਮੋਰਚਿਆਂ ਵਿੱਚ ਕਿਸਾਨ ਮਜ਼ਦੂਰ ਡਟੇ ਹੋਏ ਆ ਤਾਂ ਉਹ ਮਸਲਿਆਂ ਦਾ ਹੱਲ ਕਰਾਉਣਾ ਚਾਹੁੰਦੇ ਆ ਵੀ ਰਹਿੰਦੇ ਮਸਲੇ ਵੀ ਹੱਲ ਕਰੋ ਜਿਵੇਂ ਤੁਸੀਂ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮਸਲਾ ਉਹ ਤੁਸੀਂ ਹੱਲ ਕਰਾ ਰਿਹਾ ਤੇ ਰਹਿੰਦੇ ਮਸਲੇ ਕਿੱਡੇ ਵੱਡੇ ਆ ਜਦੋਂ ਸਰਕਾਰ ਕਿਸੇ ਮਸਲੇ ਤੇ ਨਿਬੜ ਜਾਂਦੀ ਹੁੰਦੀ ਆ ਤਾਂ ਕੇਸ ਵਾਪਸ ਲੈਣਾ ਵੱਡੀ ਗੱਲ ਨਹੀਂ ਹੁੰਦੀ ਹੁੰਦੀ ਜੇ ਜਾਗਦੇ ਰਹੀਏ ਜੇ ਢਾ ਕੇ ਰੱਖ ਲੇ ਤਾਂ ਬਾਅਦ ਵਿੱਚ ਤੁਸੀਂ ਕੌਣ ਤਾਂ ਸੀ ਕੌਣ ਪੋਲੂਸ਼ਨ ਵਾਲੇ ਐਕਟ ਚ ਬੋਲਿਆ ਹੋਇਆ ਵਾ ਉਹਨੂੰ ਪੂਰਾ ਹੋਣਾ ਕਰਾਵਾਂਗੇ ਤੇ ਕਦੋਂ ਕਰਾਵਾਂਗੇ ਬਿਜਲੀ ਸੰਸ਼ੋਧਨ ਬਿੱਲ ਤਾਂ ਆਇਆ ਹੀ ਨਹੀਂ ਉੱਤੇ ਗੱਲ ਹੀ ਕਰਨੀ ਹੈਗੀ ਆ ਓਏ ਗੱਲਾਂ ਲਈ ਹੁਣ ਛੇਤੀ ਚ ਭੱਜ ਕੇ ਜਾਈਏ ਸੋ ਇਸ ਕਰਕੇ ਅਸੀਂ 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 ਪੋਜੀਸ਼ਨ ਤਾਂ ਰਹਿ ਗਏ ਜਿਹੜੇ 4 ਜੁਪੀ ਲਖੀਮਪੁਰ ਖੀਰੀ ਦੇ ਕਿਸਾਨ ਜੇਲ੍ਹ ਚ 302 ਦੇ ਪਰਚੇ ਤੇ ਆ ਸੁਣ ਲੋ ਦੁਬਾਰਾ 302 ਦੇ ਪਰਚੇ ਵਿੱਚ ਜੇਲ੍ਹ ਦੇ ਅੰਦਰ ਆ ਕਿਸਾਨ ਕੌਣ ਉਹਨਾਂ ਮਾਮਾ ਨੂੰ ਕੌਣ ਧਰਵਾਸ ਦਊ ਉਹ ਜਥੇਬੰਦੀਆਂ ਦੇ ਕਹਿਣ ਤੇ ਹੀ ਗਏ ਸੀ ਉੱਥੇ ਕਾਲੇ ਝੰਡੇ ਵਗਾਉਣ ਕੋ ਲੜਾਈ ਲੜਨ ਥੋੜੇ ਗਏ ਸੀ ਕਿ ਹੁਣ ਮੰਤਰੀ ਦੇ ਪੁੱਤਰ ਨੇ ਗੱਡੀਆਂ ਚਾੜ ਕੇ ਬੰਦੇ ਮਾਰਤੇ ਤਾਂ ਉਲਟਾ ਸਮਝੌਤਾ ਇਹ ਹੋਇਆ ਸੀਗਾ ਵੀ ਕਿਸਾਨਾਂ ਨੂੰ ਇਸ ਕੇਸ ਵਿੱਚ ਨਹੀਂ ਫੜਿਆ ਜਾਊਗਾ ਅਸੀਂ ਨਹੀਂ ਕਰਾਂਗੇ ਹੋਇਆ ਉਲਟਾ ਵੀ ਉਸ ਕੇਰ ਵਿੱਚ ਜਿਹੜੇ ਮੁੱਖ ਦੋਸ਼ੀ ਨੇ ਅਜੇ ਮਿਸ਼ਰਾ ਜੀ ਉਹ ਪਾਰਲੀਮੈਂਟਰੀ ਵਿੱਚ ਨਾਲ ਬੈਠੇ ਸੀ ਕੱਲ ਵਿੱਚੇ ਸੀਗੇ ਉਹਨਾਂ ਨੂੰ ਫੜਿਆ ਨਹੀਂ ਗਿਆ ਤਾਂ ਸਾਡੇ ਵਾਲੇ ਬੰਦੇ ਚੁੱਕ ਕੇ ਜੇਲ੍ਹਾਂ ਚੁੱਟੇ ਆ ਇਹ ਗੱਲਾਂ ਨੇ ਕੱਲ ਨੂੰ ਮੈਂ ਤਾਂ ਪੱਖ ਹਰ ਰੋਜ਼ ਬੋਲ ਕੇ ਸਾਫ਼ ਕਰਦਾ ਪੰਜਾਬੀਓ ਤੁਹਾਡੇ ਸਾਹਮਣੇ ਸਾਡੀ ਪਹੁੰਚ ਕੀ ਆ ਅਸੀਂ ਦਿਲੋਂ ਕੀ ਚੰਨੇ ਹੈਗੇ ਆ ਅਸੀਂ ਦਿਲੋਂ ਚੰਨੇ ਆ ਰਹਿੰਦੇ ਮਸਲੇ ਹੱਲ ਹੋਣ ਅਸੀਂ ਕੋਈ ਇੱਤੇ ਅੜਿਆ ਰਵਈਆ ਨਹੀਂ ਰੱਖਣਾ ਚਾਹੁੰਦੇ ਸਾਨੂੰ ਇਹ ਤਾਂ ਨਹੀਂ ਹੈਗਾ ਵੀ ਸਾਨੂੰ ਘਰ ਜਾਣ ਦਾ ਸ਼ੌਕ ਨਹੀਂ ਹੈਗਾ ਇਹ ਤਾਂ ਨਹੀਂ ਹੈਗੇ ਵੀ ਅਸੀਂ ਅਣਖ ਦਾ ਸਵਾਲ ਲੈ ਫਿਰ ਸੜਕਾਂ ਤੇ ਬਹਿ ਰਹਿਣਾ ਵਾ ਅਸੀਂ ਘਰ ਜਾਣਾ ਚਾਹੁੰਦੇ ਆ ਆਉਣਾ ਚਾਹੁੰਦੇ ਆ ਪੰਜਾਬ ਸਾਡੇ ਬੰਦੇ ਵੀ ਘਰਾਂ ਜਾਣਾ ਚਾਹੁੰਦੇ ਆ ਪਰ ਇਹ ਮੋਰਚੇ ਵਿੱਚ ਜੇ ਫਤਿਹ ਕਰ ਲਈ ਆ ਹੁਣ ਕਾਲ ਦੇ ਵਿੱਚ ਜਲਦਬਾਜੀ ਦੇ ਵਿੱਚ ਆਪਾਂ ਗਲਤੀਆਂ ਨਾ ਕਰੀਏ ਆਪਾਂ ਇਸ ਮੋਰਚੇ ਵਿੱਚ ਪੂਰਾ ਕੁਝ ਖੱਟਣਾ ਹੈਗਾ ਵਾ ਇਸ ਮੋਰਚੇ ਨੂੰ ਸਿਰੇ ਲਾਉਣਾ ਹੈਗਾ ਵਾ ਇਸ ਮੋਰਚੇ ਨੇ ਬੜਾ ਕੁਝ ਦਿੱਤਾ ਵਾ ਜੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਵਾ ਤੇ ਪੰਜਾਬੀਆਂ ਦਾ ਸਿਰ ਉੱਚਾ ਰਵੇ ਸਾਨੂੰ ਨਾ ਕਹਿਣ ਯੂਪੀ ਵਾਲੇ ਇਸ ਵੀਡੀਓ ਨੂੰ ਗਾਂਹ ਭੇਜ ਦਿਓ ਵੀ ਅਸੀਂ ਐਮਐਸਪੀ ਤੇ ਲੜਨਾ ਨਹੀਂ ਸੀ ਚਾਹੁੰਦੇ ਸਾਨੂੰ ਨਾ ਕਹਿਣ ਰਾਜਸਥਾਨ ਵਾਲੇ ਐਮਐਸਪੀ ਗਰੰਟੀ ਕਾਨੂੰਨ ਤੇ ਅਸੀਂ ਲੜਨਾ ਨਹੀਂ ਸੀ ਚਾਹੁੰਦੇ ਸਾਨੂੰ ਨਾ ਕਹਿਣ ਹੋਰ ਨਾ ਸੂਬਿਆਂ ਵਾਲੇ ਐਮਪੀ ਵਾਲੇ ਜਾਂ ਹੋਰ ਅਸੀਂ ਲੜਨਾ ਚਾਹੁੰਨੇ ਆ ਸਾਡੀ ਪੋਜੀਸ਼ਨ ਆ ਉਹ ਭਾਈ 12 ਵੀ ਨੇ ਲੜ ਗਏ 13 ਵੀ ਲੜ ਜਾਗੇ ਸਰਦੀਆਂ ਦੇ ਦੇਣੇ ਹੁਣ ਕਿਸਾਨ ਵਿਹਲਾ ਬਹੁਤ ਸੰਘਰਸ਼ ਲਈ ਤਿਆਰ ਹੈਗਾ ਵਾ ਅਸੀਂ ਤਿਆਰ ਹੈਗੇ ਆ ਪਰ ਭਰਾਓ ਹੁਣ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਐਮਐਸਪੀ ਚਾਹੀਦੀ ਆ ਉਸ ਗੱਲ ਤੇ ਨਹੀਂ ਖੜਨਗੀਆਂ ਜੇ ਅਸੀਂ ਕੱਲੇ ਖਲੋਣੇ ਆ ਕੱਲ ਨੂੰ ਤੁਸੀਂ ਕਹੋਗੇ ਸਾਡੇ ਬਾਰੇ ਪ੍ਰਚਾਰ ਪਹਿਲੋ ਵੀ ਹੁੰਦਾ ਸਪਸ਼ਟ ਕਹਿਣਾ ਚਾਹੁੰਦਾ ਪਿਹੜਦੇ ਆ ਇਹ ਅੱਡ ਗੁੱਲੀ ੜਾ ਲੈਂਦੇ ਆ ਨਹੀਂ ੜਾਉਣਾ ਚਾਹੁੰਦੇ ਪਰ ਭਰਾਓ ਸੱਚ ਇਹ ਆ ਤੁਹਾਨੂੰ ਦੱਸਣਾ ਚਾਹੁੰਨੇ ਆ ਸਚਾਈ ਇਹ ਆ ਸਾਨੂੰ ਕਿਹੜੀ ਇੰਨੀ ਕਾਹ ਲਿਆ ਪਈ ਅਸੀਂ ਜਾ ਕੇ ਲਖਨਾਂ ਚ ਖੜ ਕੇ ਉਮੀਦਵਾਰ ਖਿਲਾਰਨੇ ਆ ਸੋ ਇਹ ਮੌਕਾ ਹੈਗਾ ਵੀ ਜੋ ਪ੍ਰਾਪਤ ਹੁੰਦਾ ਉਹ ਕਰ ਲਈਏ ਹਾਂ ਫਿਰ ਜੋ ਸਾਂਝਾ ਫੈਸਲਾ ਹੋ ਉਹਦੇ ਮੁਤਾਬਕ ਅਸੀਂ ਵੀ ਵਿਚਾਰਾਂਗੇ ਆਪਦਾ ਪੱਖ ਅਸੀਂ ਵੀ ਲੋਕਾਂ ਸਾਹਮਣੇ ਪੱਕ ਰੱਖਾਂਗੇ ਪਰ ਸਰਕਾਰ ਨੂੰ ਸਾਫ਼-ਸਾਫ਼ ਚੇਤਾਵਨੀ ਆ ਕੇਸਾਂ ਵਾਲੀ ਗੱਲ ਨਿਬੇੜਨੀ ਪਾਉਗੀ ਐ ਨਹੀਂ ਹੈਗਾ ਤੁਸੀਂ ਪੋਲੂਸ਼ਨ ਐਕਟ ਤੇ ਸਪਸ਼ਟ ਕਰੋ ਆਪਦਾ ਪੱਖ ਵੀ ਤੁਹਾਡਾ ਪੱਖ ਕੀ ਹੈਗਾ ਵਕ ਪੋਲੂਸ਼ਨ ਵਾਲੇ ਐਕਟ ਦੇ ਵਿੱਚ ਬਿਜਲੀ ਸੋਧ ਬਿੱਲ ਤਾਂ ਤੁਸੀਂ ਲਿਆਂਦਾ ਹੀ ਨਹੀਂ ਹੈਗਾ ਸਪਸ਼ਟ ਦਿਓ ਕੋਈ ਸਾਨੂੰ ਕੀ ਕਰ ਰਹੇ ਜੇ ਤੁਸੀਂ ਦਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਚਹਿਰੀਆਂ 'ਚ ਰੋਲਣ ਦਈਏ ਹਾਂ ਕਚਹਿਰੀਆਂ ਸਾਡਾ ਮਨ ਨਹੀਂ ਡਲਾ ਸਕਦੀਆਂ ਅਸੀਂ ਲੜਦੇ ਹਾਂ ਕੁਰਬਾਨੀਆਂ ਦੇਣ ਨੂੰ ਵੀ ਤਿਆਰ ਆਂ ਪਰ ਤੁਹਾਡੇ ਮੂੰਹ 'ਚੋਂ ਨਿਕਲੇ ਹੋਏ ਸ਼ਬਦ ਆ ਅਸੀਂ ਕਿਸਾਨਾਂ ਵਾਲੀ ਇਸ ਵਾਪਸੀ ਵਾਲੀ ਗੱਲ ਤੇ ਰਾਜੀ ਆ ਤਾਂ ਫਿਰ ਤੁਸੀਂ ਕਿਉਂ ਨਹੀਂ ਕਰਦੇ ਹੈਗੇ ਸੋ ਪੰਜਾਬ ਦੇ ਅਣਖਾਂ ਵਾਲਿਓ ਅਕਲਾਂ ਵਾਲਿਓ ਤੁਸੀਂ ਸਿਰ ਜੋੜ ਕੇ ਲੜੇ ਜੇ ਤੁਸੀਂ ਢੜੇ ਬੰਦੀਆਂ ਤੋਂ ਉੱਪਰ ਉੱਠੇ ਜੇ ਤੁਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠੇ ਜੇ ਉਹ ਤੁਸੀਂ ਅਰਬਾਂ ਰੁਪਈਆ ਲਾਇਆ ਐਨਆਰਆਈ ਭਰਾ ਹੁਣ ਧਾਰਮਿਕ ਸੰਸਥਾਵਾਂ ਨੇ ਜਾਨ ਲਾ ਦਿੱਤੀ ਆ ਕੋਈ ਤਬਕਾ ਨਹੀਂ ਪੰਜਾਬੀਆਂ ਦਾ ਰਹਾ ਸਾਰਾ ਦੇਸ਼ ਨਾਲ ਖੜਿਆ ਵਾ ਹਰਿਆਣੇ ਵਾਲਿਆਂ ਦੇ ਕਮਾਲ ਦੇ ਅਸੀਂ ਵੇਖਿਆ ਜਦੋਂ ਇੱਥੇ ਅਟੈਕ ਹੁੰਦਾ ਸੀ ਕਹਿੰਦੇ ਸੀ ਸਰਦਾਰ ਜੀ ਅਸੀਂ ਸਭ ਤੋਂ ਪਹਿਲਾਂ ਗੋਲੀ ਖਾਵਾਂਗੇ ਫਿਰ ਤੁਹਾਡੇ ਆ ਲਾਉਂ ਦਾਂਗੇ ਇਹ ਬਹੁਤ ਵੱਡਾ ਮੋਰਚਾ ਬਹੁਤ ਸਿਫਤਾਂ ਨੇ ਇਹਦੀਆਂ ਸੋ ਇਸ ਕਰਕੇ ਹੁਣ ਇਹਦੇ ਕਾਲ ਦੇ ਵਿੱਚ ਕੋਈ ਅਜਿਹੇ ਕਦਮ ਨਾ ਚੁੱਕੇ ਜਾਣ ਕੋਈ ਇਹ ਅਜਿਹੇ ਫੈਸਲੇ ਸੀ ਨਾ ਕਰੀਏ ਵੀ ਜਿਹੜੇ ਸਾਨੂੰ ਮਹਿੰਗੇ ਪੈ ਜਾਣ ਆਉਣ ਵਾਲੇ ਸਮੇਂ ਵਿੱਚ ਲਹਿਰ ਪੈਦਾ ਹੋਣ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਲਹਿਰ ਬਣਾਉਂਦੀਆਂ ਗਜੈਸ਼ਾਂ ਨਾ ਬਣ। ਸੋ ਅਸੀਂ ਇਹ ਚੁੰਨੇ ਆਂ ਦਿਲੋਂ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਮੁਖਾਤਬ ਹੋਇਆ ਮਾ ਵੀ ਭਾਈ ਆਪਣਾ ਪੱਖ ਰੱਖਿਆ ਜਾਵੇ। ਸੋ ਇਸ ਕਰਕੇ ਮੈਂ ਤੁਹਾਨੂੰ ਲਗਾਤਾਰ ਸਵੇਰੇ ਉੱਠ ਕੇ ਆਪ ਦਾ ਪੱਖ ਦੱਸਦਾ ਹੁੰਨਾ। ਸਾਰੀ ਜਥੇਬੰਦੀਆਂ ਦੇ ਪੱਖ ਵੀ ਅਜਿਹੇ ਨੇ ਵੀ ਅਸੀਂ ਆਪਾਂ ਕਚਾਰੀਆਂ ਚ ਕਿਸਾਨਾਂ ਨੂੰ ਰਹੀ ਰੋਲ ਦੇਣਾ ਕੇਸ ਵਾਪਸ ਲੈਣ। ਰਹਿੰਦੇ ਮਸਲਿਆਂ ਦਾ ਹੱਲ ਕੀਤਾ ਜਾਵੇ ਸਾਡਾ ਸਾਫ ਪੱਖ ਆ ਵੀ ਅਸੀਂ ਐਮਐਸਬੀ ਗਰੰਟੀ ਕਾਨੂੰਨ ਤੇ ਸੰਘਰਸ਼ ਕਰਨਾ ਚਾਹੁੰਦੇ ਆ ਹੁਣ ਸੰਜੁਨਾਈਟਲੀ ਫੈਸਲਾ ਕੀ ਹੁੰਦਾ ਇਹਨਾਂ ਚੀਜ਼ਾਂ ਤੇ ਵੀ ਵਿਚਾਰ ਕਰਾਂਗੇ ਸਾਡੀ ਜਥੇਬੰਦੀ ਦਾ 35ਵਾਂ ਅਸੀਂ ਆ 36ਵਾਂ ਜਥਾ 5 ਦਸੰਬਰ ਨੂੰ ਜੜਾ ਵਾ ਬਿਆਸ ਪੁਲ ਤੋਂ ਆ ਰਿਹਾ ਅਸੀਂ ਨਹੀਂ ਰੋਕੇ ਬੰਦੇ ਵੀ ਜੋ ਕੁਝ ਪ੍ਰਾਪਤ ਹੁੰਦਾ ਕਰ ਲਈਏ ਤਾਂ ਉਹਨੇ ਵੀ 20 ਲੱਖ ਰੁਪਇਆ ਲਾ ਕੇ ਆਉਣਾ ਮਾਇਸ ਕਰਕੇ ਨਹੀਂ ਵੀ ਸਾਨੂੰ 20 ਲੱਖ ਲੋਨ ਦਾ ਸ਼ੌਂਕ ਆ। ਅਸੀਂ 13-14 ਨੂੰ ਪੰਜਾਬ 'ਚ ਰੇਲ ਰਕੋ ਰੱਖਿਆ ਹੋਇਆ ਵਾ। ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪਰ ਅਸੀਂ ਚਾਹੁੰਦੇ ਹਾਂ ਮੋਰਚੇ ਦੀਆਂ ਮੰਗਾਂ ਪੂਰਨ ਰੂਪ ਵਿੱਚ ਕੰਪਲੀਟ ਹੋਣ। ਇਹ ਸਾਡੀ ਜਥੇਬੰਦੀ ਦਾ ਪੱਕਾ ਆਸ ਆ। ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾ ਕੇ ਸਾਡਾ ਪੱਖ ਰੱਖ ਕੇ ਜਾਓਗੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਦਸਨਯੋਗ ਹੈ ਕਿ ਕੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਹੋ ਚੁੱਕਾ ਹੈ ਸਿਰਫ ਹੁਣ ਰਾਸ਼ਟਰਪਤੀ ਦੀ ਮੋਹਰ ਲਗਣੀ ਬਾਕੀ ਹੈ ਪਰ ਕਿਸਾਨਾਂ ਦੇ ਵੱਲੋਂ ਇਹ ਗੱਲਾਂ ਆਖੀਆਂ ਜਾ ਰਹੀਆਂ ਕਿ ਉਹ ਐਮਐਸਪੀ ਗਰੰਟੀ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੇ ਹੀ ਘਰਾਂ ਨੂੰ ਵਾਪਸ ਜਾਣਗੇ ਅਤੇ ਅੰਦੋਲਨ ਖਤਮ ਕਰਨਗੇ ਵੇਖਣਾ ਹੀ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਬਾਕੀ ਮੰਗਾਂ ਪੂਰੀਆਂ ਕਰਦੀ ਹੈ ਜਾਂ ਫਿਰ ਨਹੀਂ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ